ਅਵਤਾਰ ਸਿੰਘ ਜੀ, ਹਾਫਿਜ਼ ਸਈਦ ਦੇ ਜਿਹੜੇ ਬ੍ਰਦਰ ਇਨ ਲਾਅ, ਉਹਨਾਂ ਦੇ ਸਾਲੇ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ ਕਾਫੀ ਜਿਹੜੀ ਹੈਗੀ ਗਲਤ ਟਿੱਪਣੀ ਕੀਤੀ ਹੈਗੀ ਆ, ਕੀ ਕਹੋਗੇ ਤੁਸੀਂ ਇਸ ਦੇ ਬਾਰੇ? ਹਾਂਜੀ, ਪਿਛਲੇ ਦਿਨੀ ਮੀਡੀਆ 'ਚ ਇਹ ਆਇਆ, ਈਵਨ ਇੰਡੀਅਨ ਚੈਨਲਸ ਨੇ ਵੀ ਦਿਖਾਇਆ ਤੇ ਬਾਕੀ ਹੋਰ ਬਹੁਤ ਸਾਰੀਆਂ ਅਖਬਾਰਾਂ 'ਚ ਵੀ ਆਇਆ ਜੀ, ਵੀ ਜਿਹੜਾ ਬੰਬੇ ਦਾ ਜਿਹੜਾ ਕਤਲੇਆਮ ਆ ਉਹਦੇ 'ਚ ਜਿਹੜਾ ਨਾਮਜ਼ਦ ਹੋਇਆ ਬੰਦਾ ਨਾ, ਉਹਦੇ ਜਿਹੜੇ ਰਿਸ਼ਤੇਦਾਰ ਨੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਸਾਰੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਨੇ ਤੇ ਉਹਦੀ ਨਿਖੇਧੀ ਕਰਨੀ ਬਣਦੀ ਆ, ਡਟ ਕੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਬਣਦੀ ਆ ਤੇ ਅਸੀਂ ਸਿੱਖ ਕੌਮ ਨੂੰ, ਸਿੱਖਾਂ ਦੇ ਰਹਿਬਰਾਂ ਨੂੰ ਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਜਾਂ ਹੋਰ ਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ, ਬਕਾਇਦਾ ਅਸੀਂ ਕਹਿੰਦੇ ਵੀ ਇੱਕ ਤਾਂ ਡਟ ਕੇ ਉਹਦੀ ਸਖ਼ਤ ਵਿਰੋਧੀ ਹੋਣੀ ਚਾਹੀਦੀ ਆ, ਦੂਜਾ ਵੀ ਡੈਮੋਕ੍ਰੈਟਿਕਲੀ ਆਪਣਾ ਵਿਰੋਧ ਪ੍ਰਗਟ ਕਰਨ ਲਈ ਜਿਹੜੇ ਜਿਹੜੇ ਮੁਲਕ ਵਿੱਚ ਵੀ ਸਿੱਖ ਰਹਿ ਰਹੇ ਨੇ ਉੱਥੇ ਪਾਕਿਸਤਾਨ ਦੀ ਐਮਬੈਸੀਜ਼ ਨੂੰ ਮਿਲ ਕੇ ਅਤੇ ਆਪਣਾ ਜਿਹੜਾ ਮੰਗ ਪੱਤਰ ਆ ਉਹ ਦੇਣਾ ਚਾਹੀਦਾ, ਤਾਂ ਕਿ ਮੁੜ ਕੇ ਵਾਰ ਵਾਰ ਜਿਹੜਾ ਇੱਕ ਤਾਂ ਅਸੀਂ ਇੱਥੇ ਦੇਖ ਰਹੇ ਹਾਂ ਵੀ ਜੱਜਾਂ ਵੱਲੋਂ ਜਿਹੜੀਆਂ ਟਿੱਪਣੀਆਂ ਆ ਰਹੀਆਂ ਹਨ ਤੇ ਦੂਜਾ ਜਿਹੜੇ ਹੋਰ ਬੰਦੇ ਬੈਠੇ ਨੇ ਉਹ ਕਿੰਨੀ ਨਫ਼ਰਤ ਭਰਪੂਰ ਜਿਹੜੀ ਇੱਕੋ ਲੈ ਕੇ ਆ ਰਹੇ ਨੇ ਵੀ ਡੈਮੋਕ੍ਰੈਟਿਕਲੀ ਹਰ ਢੰਗ ਨਾਲ ਹਿੰਸਕ ਹੋਏ ਤੋਂ ਬਿਨਾਂ ਜਿੱਥੇ ਕਿਤੇ ਵੀ ਹੋਵੇ, ਜਿੰਨੀਆਂ ਵੀ ਐਮਬੈਸੀਜ਼ ਵਗੈਰਾ ਹੈਗੀਆਂ ਨੇ ਉੱਥੇ ਪਾਕਿਸਤਾਨ ਦੀਆਂ, ਉੱਥੇ ਜਾ ਕੇ ਬਕਾਇਦਾ ਉਹਨਾਂ ਨੂੰ ਆਪਣਾ ਜਿਹੜਾ ਉਹ ਆ ਵਿਰੋਧ ਪਰ ਪੱਤਰ ਆ ਉਹ ਦੇਣਾ ਚਾਹੀਦਾ ਤੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਆ ਵੀ ਇਸ ਤਰ੍ਹਾਂ, ਕਿਉਂਕਿ ਸਿੱਖਾਂ ਦੇ ਕਿੰਨੇ ਗੁਰਧਾਮ ਪਾਕਿਸਤਾਨ ਵਿੱਚ ਨੇ, ਗੁਰੂ ਸਾਹਿਬ ਦੇ ਜਨਮ ਅਸਥਾਨ, ਗੁਰੂ ਸਾਹਿਬ ਦਾ ਕਰਤਾਰਪੁਰ ਸਾਹਿਬ ਦੀ ਸ਼ਹਾਦਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਜਿਹੜੀ ਅੱਧਾ ਇਤਿਹਾਸ, ਸਿੱਖ ਇਤਿਹਾਸ ਆ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ ਜੀ, ਤੇ ਇਸ ਲਈ ਜੇ ਉੱਥੋਂ ਹੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਅਸੀਂ ਸਮਝ ਸਕਦੇ ਹਾਂ ਵੀ ਸਿੱਖਾਂ ਲਈ ਇੱਕ ਖਤਰੇ ਦੀ ਘੜੀ ਹੈ, ਵੀ ਉਹਨਾਂ ਦਾ ਭਵਿੱਖ ਵਿੱਚ ਇਹ ਹੋ ਸਕਦਾ ਵੀ ਇਹੋ ਜਿਹੇ ਲੋਕ ਜੇ ਰਾਜਨੀਤੀ 'ਚ ਆ ਜਾਂਦੇ ਨੇ ਤਾਂ ਉਹ ਜਿਹੜੀਆਂ ਸਿੱਖ ਇਤਿਹਾਸਕ ਥਾਵਾਂ ਨੇ ਉਹਨਾਂ ਨੂੰ ਤਬਾਹ ਕੀਤਾ ਜਾ ਸਕਦਾ ਤੇ ਸਿੱਖ ਇਤਿਹਾਸ ਦੇ ਜਿਹੜੇ ਸੋਮੇ ਆ ਉਹ ਖਤਮ ਕੀਤੇ ਜਾ ਸਕਦੇ ਆ, ਸੋ ਇਹ ਅਲਾਰਮਿੰਗ ਆ ਤਾਂ ਇਹਦਾ ਜਿਹੜਾ ਵਿਰੋਧ ਆ ਡਟ ਕੇ ਵਿਰੋਧ ਹੋਣਾ ਚਾਹੀਦਾ ਬਿਲਕੁਲ, ਔਰ ਇਸ ਦੇ ਵਿੱਚ ਸਰਕਾਰਾਂ ਨੂੰ ਵੀ, ਚਾਹੇ ਉਹ ਭਾਰਤ ਦੀ ਸਰਕਾਰ ਹੋਵੇ ਜਾਂ ਪਾਕਿਸਤਾਨ ਦੀ ਸਰਕਾਰ ਹੋਵੇ, ਉਹਨਾਂ ਨੂੰ ਵੀ ਇਸ ਚੀਜ਼ ਦਾ ਜਿਹੜਾ ਨੋਟਿਸ ਹੈ ਉਹ ਕਿਤੇ ਨਾ ਕਿਤੇ ਜਿਹੜਾ ਹੈ ਲੈਣਾ ਚਾਹੀਦਾ ਹੈ, ਔਰ ਮੈਂ ਕਹਿੰਦਾ ਪਾਕਿਸਤਾਨ ਦੀਆਂ ਜਿਹੜੀਆਂ ਮੁਸਲਿਮ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਸ ਦੇ ਉੱਤੇ ਘੱਟੋ ਘੱਟ ਆਪਣਾ ਕੋਈ ਬਿਆਨ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ, ਔਰ ਜੋ ਲੋਕ ਗੁਰੂ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਜਾਂ ਉਹਨਾਂ ਨੇ ਜੋ ਵੀ ਵਰਤੇ ਹੈਗੇ ਆ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਕੀ ਉਹਨਾਂ ਦਾ ਧਰਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ ਦਿੰਦਾ, ਇਸ ਦੇ ਬਾਰੇ ਵੀ ਉਹਨਾਂ ਨੂੰ ਜਿਹੜਾ ਹੈ ਸੋਚਣਾ ਚਾਹੀਦਾ।